ਚਾਹੁੰਦੇ ਜਲੰਧਰ ਵਾਸੀਆਂ ਨੂੰ? ਹਾਂਜੀ ਜਲੰਧਰ ਵਾਸੀਆਂ ਧੰਨਵਾਦ ਜਿਹਨਾਂ ਨੇ ਇੰਨੇ ਭਾਰੀ ਬਹੁਮਤ ਨਾਲ ਕਿੰਨੇ ਖੁਸ਼ੀ ਕੀਤੀ। ਪਾਰਟੀ ਦਾ ਜਿਹੜਾ ਨੁਮਾਇੰਦਾ ਹੈ ਚਰਨਜੀਤ ਸਿੰਘ ਚੰਦੀ, ਪੂਰੀ ਜਿੱਤ ਪ੍ਰਾਪਤ ਹੋਈ ਹੈ, ਬੜੀ ਵਧੀਆ ਸ਼ਾਂਤ ਜਿੱਤ ਪ੍ਰਾਪਤ ਹੋਈ ਹੈ। ਕਾਂਗਰਸ ਪਾਰਟੀ ਜਿਹੜੀ ਹੈ, ਕਾਂਗਰਸ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਸਾਡੇ ਹਿੰਦੁਸਤਾਨ ਦੇ ਵਿੱਚ ਹੀ ਅੱਗੇ ਚੱਲ ਰਹੀ ਹੈ, ਪਰ ਉਹਨੂੰ ਦੇਖ ਕੇ ਉਹਦਾ ਜਿਹੜਾ ਜੋ ਉਮੀਦਵਾਰ ਹੈ ਉਹ ਦੇਸ਼ ਦਾ ਸੰਵਿਧਾਨ ਨੂੰ ਬਚਾਉਣ ਵਾਸਤੇ ਇਲੈਕਸ਼ਨ ਲੜਿਆ ਔਰ ਬੜੀ ਵੱਡੀ ਜਿੱਤ ਜਿਹੜੀ ਪੌਣੇ 3 ਲੱਖ ਦੇ ਕਰੀਬ ਕਰੀਬ ਉਹਨੇ ਲੀਡ ਲੈ ਕੇ ਦਿੱਤੀ ਹੈ। ਪੂਰੀ ਖੁਸ਼ੀ ਦੇ ਵਿੱਚ ਅੱਜ ਇਹ ਸਾਰੇ ਜਿਹੜੇ ਕਾਂਗਰਸਮੈਨ ਨੇ ਉਹ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕਰ ਰਹੇ ਨੇ। ਥੈਂਕ ਯੂ। ਅੱਜ ਕਾਂਗਰਸ ਪਾਰਟੀ ਜਿੱਤੀ ਹੈ, ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਅੱਜ ਇਸ ਦਿਨ ਦੀ ਬੜੇ ਦਿਨਾਂ ਤੋਂ ਉਡੀਕ ਸੀ ਅਤੇ ਅੱਜ ਚੰਨੀ ਸਾਹਿਬ ਜਿੱਤੇ ਹੈ ਸਾਡੇ ਜਲੰਧਰ ਕੌਂਸਟੀਚੁਐਂਸੀ ਤੋਂ ਔਰ ਲੋਕ ਸਭਾ ਦੇ ਵਿੱਚ ਪਹੁੰਚੇ ਹੈ ਔਰ ਬੜੇ ਹਿਊਜ ਮਾਰਜਨ ਦੇ ਉੱਤੇ ਜਿਹੜੀ ਇਹ ਦਿਨ ਹੈ ਔਰ ਅਸੀਂ ਸੋਚਦੇ ਹਾਂ ਕਿ ਇਹ ਜਿਹੜੀ ਲੜਾਈ ਸੀ ਇਹ ਨੇਕੀ ਅਤੇ ਬਦੀ ਦੀ ਲੜਾਈ ਸੀ ਔਰ ਇਹ ਜਿਹੜੀ ਹੈ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਦਹਿਸ਼ਤ ਦੀ ਰਾਜਨੀਤੀ ਸੀ, ਡਰ ਦੀ ਰਾਜਨੀਤੀ ਸੀ, ਉਹ ਸਾਡੇ ਜਲੰਧਰ ਸਿਟੀ ਤੋਂ ਖਤਮ ਹੋਏਗੀ ਕਿਸੇ ਤਰ੍ਹਾਂ ਦੀ ਵੀ ਔਰ ਵਧੀਆ ਸਵੱਛ ਜਿਹੜਾ ਸ਼ਾਸਨ ਜਿਹੜਾ ਮਿਲੇਗਾ, ਵਧੀਆ ਸਕੀਮਾਂ ਲੈ ਕੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਜਿਹੜੇ ਆਉਣਗੇ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਬੱਚਿਆਂ ਲਈ ਇੱਕ ਸੁਨਹਿਰੇ ਭਵਿੱਖ ਦੀ ਜਿਹੜੀ ਹੈ ਸ਼ੁਰੂਆਤ ਹੋਈ ਹੈ, ਕਿਉਂਕਿ ਰਾਹੁਲ ਗਾਂਧੀ ਜੀ ਨੇ ਕਿਹਾ ਸੀ ਕਿ ਅਸੀਂ ਸੈਂਟਰ ਚਾਹੁੰਦੇ ਹਾਂ ਕਿ ਅਸੀਂ ਸਾਲ ਦੇ ਵਿੱਚ 30 ਲੱਖ ਨੌਕਰੀ ਪੈਦਾ ਕਰਾਂਗੇ, ਜਦਕਿ ਮੋਦੀ ਸਰਕਾਰ ਨੇ ਕਿਹਾ ਸੀ 2 ਕਰੋੜ ਪੈਦਾ ਕਰਾਂਗੇ, ਨਹੀਂ ਕਰ ਸਕੇ। ਲੇਕਿਨ ਸਾਨੂੰ ਉਮੀਦ ਹੈ ਕਿ ਜੇ ਕਾਂਗਰਸ ਗੌਰਮੈਂਟ ਹੁਣ ਆਉਂਦੀ ਹੈ ਅਤੇ ਆ ਰਹੀ ਹੈ ਜਿਹਦਾ ਜਿਹਦੀ ਪੂਰੀ ਉਮੀਦ ਹੈ ਕਿ ਇਹ ਜਿਹੜੀ ਬੱਚਿਆਂ ਦਾ ਸਾਡਾ ਬ੍ਰੇਨ ਡਰੇਨ ਹੋ ਰਿਹਾ, ਬਾਹਰ ਜਾ ਰਹੇ ਨੇ, ਇੱਥੋਂ ਮਿਹਨਤਾਂ ਕਰਕੇ ਪੜ੍ਹਾਈਆਂ ਕਰਕੇ ਉਹ ਇੰਡੀਆ 'ਚ ਨਹੀਂ ਰਹਿਣਗੇ, ਇੰਡੀਆ ਦੇ ਵਿੱਚ ਉਹਨਾਂ ਨੂੰ ਕਮਾਈ ਦੇ ਸੰਸਾਧਨ ਜਿਹੜੇ ਉਹ ਪੈਦਾ ਹੋਣਗੇ ਔਰ ਸਾਨੂੰ ਇਸ ਗੱਲ 'ਚ ਬਹੁਤ ਖੁਸ਼ੀ ਹੈ। ਸਾਰਿਆਂ ਨੂੰ ਵਧਾਈਆਂ ਕਾਂਗਰਸ ਦੇ ਜਿੱਤਣ ਦੀ, ਚੰਨੀ ਸਾਹਿਬ ਦੇ ਜਿੱਤਣ ਦੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ।